ਆਪਣੇ ਸੁਖਬੀਰ ਬਾਦਲ ਨੂੰ ਕਹਿੰਦਾ ਉਹ ਫੀਮ ਕਿੰਨੀ ਖਾਂਦਾ ਵਾ, ਸਾਰਿਆਂ ਨੂੰ ਪਤਾ, ਤੁਹਾਨੂੰ ਵੀ ਪਤਾ ਖਾਂਦਾ ਹੈ ਨਾ ਜੀ। ਪੱਤਰਕਾਰਾਂ ਨੇ ਕਿ 1900 ਵੋਟ ਤਾਂ ਨੋਟਾਂ ਦੇ ਲਾਗੇ ਪੈ ਗਈ, ਅਤੇ ਮੈਨੂੰ ਉਦੋਂ ਨਹੀਂ ਸੀ ਪਤਾ ਕੈਪਟਨ ਥੋੜ੍ਹਾ ਜਿਹਾ ਪਹਿਲਾਂ ਨਾ 800 ਵੋਟ 'ਤੇ ਸਿਮਟਿਆ ਸੀ ਵੀ ਮੰਗ ਲਈ। ਅੱਜ ਸੰਜੇ ਸਿੰਘ ਦਾ ਕੇਸ ਚੱਲਦਾ ਵਾ, ਮਜੀਠੀਆ ਚੋਰ ਹੈ, ਅਸੀਂ ਵੀ ਕਹਿੰਦੇ ਮਜੀਠੀਆ ਚੋਰ ਆ, ਰਲੇ ਹੋਏ ਸੀ ਦੋਵੇਂ। ਜਿਵੇਂ ਭਗਵੰਤ ਮਾਨ ਕਹਿੰਦਾ ਵਾ ਇੱਕ ਪੁੜ ਥੱਲੇ ਐਤਕੀ ਆ ਗਿਆ, ਦੂਜਾ ਪੁੜ ਥੱਲੇ ਉੱਤੇ ਦੂਜਾ ਆ ਗਿਆ। ਅਜੇ ਤੱਕ ਕਿਸੇ ਨੂੰ ਨਹੀਂ ਮੁਆਵਜ਼ਾ ਮਿਲਿਆ। ਮੈਂ ਵੀ ਜ਼ਿਮੀਂਦਾਰ ਹਾਂ, ਕਰੀ ਜਾਂਦੇ ਆ, ਮੇਰੇ 'ਤੇ ਵੀ ਹੋਇਆ ਸੀ, ਮੈਂ ਵੀ 15 ਦਿਨ ਜੇਲ੍ਹ ਕਰ ਕੱਟ ਕੇ ਹਾਂ, ਮੈਨੂੰ ਕੁਹਾੜ ਨੇ ਅੰਦਰ ਕਰਵਾਇਆ ਸੀ। ਇਲਜ਼ਾਮ ਲਗਾਉਂਦਾ ਮਜੀਠੀਆ, ਵਿਕਰਮ ਸਿੰਘ ਮਜੀਠੀਆ ਕਹਿੰਦੇ ਨੇ ਕਿ ਜੋ ਕੇਜਰੀਵਾਲ ਨੇ ਅੰਦਰ ਮਾਫ਼ੀ ਮੰਗਣੀ ਮੇਰੇ ਪੈਰਾਂ 'ਚ ਡਿੱਗ ਪਏ ਸੀਗੇ। ਨਹੀਂ, ਕਿਤੇ ਮਾਫ਼ੀ ਨਹੀਂ ਮੰਗੀ ਉਹਨੇ, ਕਿਤੇ ਉਹਨੇ ਪੈਰਾਂ 'ਤੇ ਨਹੀਂ ਡਿੱਗਿਆ। ਵੀ ਇਹ ਕੇਜਰੀਵਾਲ ਇਕੱਲਾ ਬੰਦਾ ਸੀਗਾ, ਸਿਆਸੀ ਨਹੀਂ ਸੀ, ਸਿਰਫ ਨੀਤ ਦਾ ਸਾਫ਼ ਸੀਗਾ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ NNR ਨਿਊਜ਼ ਅਤੇ ਮੈਂ ਹਾਂ ਹਰਦੀਪ ਸਿੰਘ। ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਵਪਾਰੀ ਬਹੁਮਤ ਦੇ ਨਾਲ ਜੋ ਜਿੱਤ ਹੋਈ ਹੈ, ਉਸ ਤੋਂ ਬਾਅਦ ਪੰਜਾਬ ਦੇ ਵਿੱਚ ਕੀ ਕਿਆਸ ਲਗਾਏ ਜਾ ਰਹੇ ਨੇ? ਪੰਜਾਬ ਦੇ ਲੋਕਾਂ ਦੇ ਵਿੱਚ ਥੋੜ੍ਹਾ ਖੁਸ਼ੀ ਦਾ ਮਾਹੌਲ ਵੀ ਹੈ, ਕਿਆਸ ਲਗਾਏ ਜਾ ਰਹੇ ਨੇ ਕਿ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਪੈਦਾ ਹੋਵੇਗਾ ਕਿ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵਿੱਚ 2022 ਦੇ ਵਿੱਚ ਦੁਬਾਰਾ ਥਾਂ ਮਿਲਦੀ ਹੈ? ਇਸ ਵਿਸ਼ੇ 'ਤੇ ਰਤਨ ਸਿੰਘ ਕਾਕੜ ਕਲਾਂ ਸਾਡੇ ਨਾਲ ਨੇ ਗੱਲਬਾਤ ਕਰਾਂਗੇ। ਇੱਥੇ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਜੋ ਇਲੈਕਸ਼ਨ ਹੋਇਆ ਉਸ ਦੇ ਵਿੱਚ ਰਤਨ ਸਿੰਘ ਕਾਕੜ ਕਲਾਂ ਜੋ ਸ਼ਾਹਕੋਟ ਤੋਂ ਇਲੈਕਸ਼ਨ ਵੀ ਲੜ ਚੁੱਕੇ ਨੇ, ਸਾਡੇ ਨਾਲ ਨੇ ਗੱਲਬਾਤ ਕਰਾਂਗੇ। ਹਾਂਜੀ, ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬਹੁਤ ਧੰਨਵਾਦੀ ਹਾਂ ਕਿ NNR ਵਾਲਿਆਂ ਨੇ ਮੈਨੂੰ ਇਸ ਮੰਚ 'ਤੇ ਮੌਕਾ ਦਿੱਤਾ ਬੋਲਣ ਦਾ। ਦੇਖੋ ਜੀ, ਪਹਿਲਾਂ ਤਾਂ ਤੁਹਾਨੂੰ ਦਿੱਲੀ ਦੇ ਵਿੱਚ ਤੁਹਾਡੀ ਸਰਕਾਰ ਬਣ ਚੁੱਕੀ, ਕਹਿੰਦੇ ਸੀ ਕਿ ਦਿੱਲੀ ਜਿੱਤੀ ਹੈ, ਜੋ ਗੀਤ ਸੀ ਉਹ ਸੱਚ ਹੋ ਗਿਆ, ਔਰ ਭਗਵੰਤ ਮਾਨ ਦਾ ਦਾਅਵਾ ਹੈ ਕਿ 2022 ਦੇ ਜੋ ਇਲੈਕਸ਼ਨ ਹੋਵੇਗਾ ਅਸੀਂ ਜਿੱਤ ਦੇ ਗੰਡੇ ਜੋ ਝੰਡੇ ਆ ਪੰਜਾਬ ਦੇ ਵਿੱਚ ਵੀ ਅਸੀਂ ਗੱਡਾਂਗੇ, ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਕਹਿਣਾ ਚਾਹੁੰਦਾ ਕਿ ਜਿਹੜੀ ਦਿੱਲੀ ਦੇ ਵਿੱਚ ਜਿੱਤ ਹੋਈ ਆ ਇਹ ਇੱਕ ਸੱਚ ਦੀ ਜਿੱਤ ਹੋਈ ਆ, ਅਤੇ ਅਸੀਂ ਧੰਨਵਾਦੀ ਹਾਂ ਦਿੱਲੀ ਦੇ ਲੋਕਾਂ ਦੇ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਜਿਤਾਇਆ ਵਾ, ਕੰਮਾਂ ਨੂੰ ਜਿਤਾਇਆ ਵਾ, ਸਕੂਲਾਂ ਨੂੰ ਜਿਤਾਇਆ ਵਾ, ਅਤੇ ਆਪਣੇ ਕਿੰਨੇ ਵਧੀਆ ਕੰਮ ਕੀਤੇ। ਹਸਪਤਾਲ ਵਧੀਆ ਹੋ ਗਏ, ਹਸਪਤਾਲਾਂ ਦੇ ਵਿੱਚ ਦੇਖੋ ਬਾਹਰੋਂ ਗਿਆ ਬੰਦਾ ਜਿਹੜਾ ਉਹਦਾ ਵੀ ਇਲਾਜ ਹੁੰਦਾ ਰਿਹਾ ਫਰੀ, ਜਿਹੜਾ ਬੰਦਾ ਈਵਨ ਚੁੱਕ ਕੇ ਲੈ ਕੇ ਜਾਂਦਾ ਉਹਨੂੰ ਵੀ 2000 ਰੁਪਈਆ ਦਿੰਦੇ ਰਹੇ ਆ, ਅਤੇ ਕਿੰਨੇ 100 ਤੋਂ ਵੱਧ ਕੰਮ ਜਿਹੜੇ ਆ ਕੇ ਦਿੱਲੀ ਸਰਕਾਰ ਨੇ ਘਰਾਂ ਦੇ ਵਿੱਚ ਆਣ ਕੇ 50 ਰੁਪਈਏ ਦੀ ਪਰਚੀ ਦੇ ਉੱਤੇ ਕੀਤੇ ਆ, ਅਤੇ ਉਹ ਮੈਂ ਸਮਝਦਾ ਵੀ ਉਹਨਾਂ ਨੇ ਜਿਹੜੇ ਦਿੱਲੀ ਦੇ ਲੋਕ ਆ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਜਿਤਾ ਕੇ ਇੱਕ ਬਹੁਤ ਵਧੀਆ ਕੰਮ ਕੀਤਾ। ਜੇ ਐਤਕੀ ਨਾ ਜਿਤਾਉਂਦੇ ਤਾਂ ਫਿਰ ਕੋਈ ਇੱਦਾਂ ਦਾ ਬੰਦਾ ਮੂਹਰੇ ਨਹੀਂ ਸੀ ਆਉਣਾ ਚੰਗੇ ਕੰਮ ਕਰਨ ਵਾਸਤੇ, ਅਤੇ ਐਤਕੀ ਬਹੁਤ ਧੰਨਵਾਦੀ ਹਾਂ ਅਸੀਂ ਜਿਨ੍ਹਾਂ ਨੇ ਦਿੱਲੀ ਦੇ ਲੋਕਾਂ ਨੇ ਸਾਨੂੰ ਪਾਰਟੀ ਸਾਡੀ ਆਮ ਆਦਮੀ ਪਾਰਟੀ ਨੂੰ ਜਿਤਾ ਕੇ 62 ਸੀਟਾਂ ਦੇ ਕੇ ਉੱਥੇ ਬਹੁਮਤ ਦੇ ਨਾਲ ਜਿਤਾਇਆ ਵਾ। ਜਦੋਂ 17 ਦੇ ਵਿੱਚ ਇਲੈਕਸ਼ਨ ਹੋਇਆ ਸੀ ਤਾਂ ਜੋ NI ਲੋਕ ਸੀ ਉਹਨਾਂ ਨੇ ਕਾਫੀ ਜ਼ਿਆਦਾ ਪਾਰਟੀ ਦਾ ਸਹਿਯੋਗ ਕੀਤਾ, ਪਰ ਉਸ ਤੋਂ ਬਾਅਦ ਜੋ ਲੀਡਰ ਜਿਹਦਾ ਕਿ ਸੁਖਪਾਲ ਖਹਿਰਾ ਹੋਗਾ, ਸੁੱਚਾ ਸਿੰਘ ਛੋਟੇ ਫਿਰ ਹੋਗਾ, ਪਾਰਟੀ 'ਚੋਂ ਅਲੱਗ ਹੋ ਜਾਂਦੇ ਨੇ, ਕਿ ਉਹਨਾਂ ਨੂੰ ਵਾਪਸ ਲੈ ਕੇ ਆਉਂਗੇ? ਹਾਂ ਬਿਲਕੁਲ, ਅਸੀਂ ਮੇਰੇ ਅੱਜ ਅਖਬਾਰ ਦੇ ਵਿੱਚ ਮੈਂ ਵੀ ਇੱਕ ਲਾਈ ਆ ਨਿਊਜ਼ ਕਿ ਅਸੀਂ ਸਵਾਗਤ ਕਰਦੇ ਹਾਂ ਜਿਹੜੇ ਜਿਹੜੇ ਬੰਦੇ ਪੰਜਾਬ ਦੇ ਹਿੱਤ ਵਾਸਤੇ ਅਤੇ ਪਾਰਟੀ ਦੇ ਵਿੱਚ ਪਾਰਟੀ ਦੇ ਰੂਲਾਂ ਨੂੰ ਫੋਲੋ ਕਰਦੇ ਹੋਏ ਪਾਰਟੀ ਦੇ ਵਿੱਚ ਆਉਣਾ ਚਾਹੁੰਦੇ, ਅਸੀਂ ਹੱਥ ਵਿਛਾ ਕੇ ਉਹਨਾਂ ਦਾ ਸਵਾਗਤ ਕਰਾਂਗੇ। ਭਗਵੰਤ ਮਾਨ ਜੀ ਨੇ ਵੀ ਕੱਲ੍ਹ ਪਰਸੋਂ ਆਖਿਆ ਵਾ ਕਿ ਅਸੀਂ ਉਹਨਾਂ ਬੰਦਿਆਂ ਦਾ ਸਵਾਗਤ ਕਰਦੇ ਜਿਹੜੇ ਪੰਜਾਬ ਦੇ ਭਲੇ ਲਈ ਸਾਡੀ ਪਾਰਟੀ ਦੇ ਵਿੱਚ ਆਉਂਦੇ ਆ।
ਸੁਖਪਾਲ ਖਹਿਰਾ ਦਾ ਅਕਸਰ ਬਿਆਨ ਹੁੰਦਾ ਕਿ ਪਾਰਟੀ ਦੇ ਵਿੱਚ ਕਿੱਦਾਂ ਕਿ ਭਗਵੰਤ ਮਾਨ ਹੈ, ਉਹਨਾਂ ਨੂੰ ਜੋ ਅਹਿਮ ਥਾਂ ਨਹੀਂ ਦਿੰਦੇ, ਉਹ ਕਹਿੰਦੇ ਨੇ ਕਿ ਕੁਰਸੀ ਦੇ ਖਾਤਰ ਭਗਵੰਤ ਮਾਨ ਕੰਮ ਕਰਦੇ, ਕੀ ਗੱਲ ਸੱਚ ਹੈ? ਦੇਖੋ, ਇਹ ਆਪੋ ਆਪਣਾ ਸੋਚਣ ਸ਼ਕਤੀ ਆ, ਕੋਈ ਕਿੱਦਾਂ ਸੋਚਦਾ ਕੋਈ ਕਿੱਦਾਂ ਸੋਚਦਾ। ਮੇਰਾ ਮੰਨਣਾ ਵਾ ਕਿ ਜਿੰਨੀਆਂ ਰੈਲੀਆਂ ਭਗਵੰਤ ਮਾਨ ਨੇ ਕਰਤੀਆਂ ਵਾ, ਅੱਜ ਤੱਕ ਕੋਈ ਲੀਡਰ ਵਰਲਡ ਲੈਵਲ ਦੇ ਵੀ ਇੱਦਾਂ ਦਾ ਨਹੀਂ ਹੋਣਾ ਜਿਹਨੇ ਇੰਨੀਆਂ ਰੈਲੀਆਂ ਕੀਤੀਆਂ ਹੋਣ। ਮੈਂ ਕਹਿੰਦਾ ਵਾਂ ਜੀ, ਉਹ ਇੱਕ ਇੱਕ ਘੰਟਾ ਹਰ ਰੈਲੀ ਦੇ ਉੱਤੇ ਬੋਲਦੇ ਆ, ਅਤੇ 14-14 ਰੈਲੀਆਂ ਮੈਂ ਖੁਦ ਦੇਖੀਆਂ ਵਾਂ, ਜਿਹੜੀਆਂ 14-14 ਰੈਲੀਆਂ 14 ਘੰਟੇ ਲਗਾਤਾਰ ਬੰਦੇ ਨੇ ਬੋਲਣਾ ਵਾ, ਧੂੰਆਂ ਨਿਕਲ ਜਾਂਦਾ ਵਾ। ਗੱਲਾਂ ਕਰਨੀਆਂ ਤਾਂ ਬਹੁਤ ਸੌਖੀਆਂ ਵਾਂ, ਕੰਮ ਕਰਨੇ ਬਹੁਤ ਔਖੇ ਆ। ਭਗਵੰਤ ਮਾਨ ਵਰਗਾ ਦੂਸਰਾ ਲੀਡਰ ਕੋਈ ਮੈਂ ਨਹੀਂ ਮੰਨਦਾ ਕਿ ਹੋਊਗਾ, ਜਿਹੜਾ ਇੰਨਾ ਲੈਕਚਰ ਕਰਕੇ ਵੀ ਜ਼ਿੰਦਾਬਾਦ ਦੇ ਨਾਅਰੇ ਲਾ ਰਿਹਾ ਵਾ। ਦੂਜੀ ਵਾਰੀ ਉਹਨੇ MP ਦੀ ਜਿੱਤ ਪ੍ਰਾਪਤ ਕੀਤੀ ਆ, ਅਤੇ ਦਿੱਲੀ ਦੇ ਵਿੱਚ ਕਿੰਨੀ ਕੰਬੇਨ ਜਾ ਕੇ ਕੀਤੀ ਆ, ਲੋਕ ਹਸ਼ ਕਰ ਉੱਠੇ ਆ ਕਿ ਭਗਵੰਤ ਮਾਨ ਚਾਰੇ ਪਾਸੇ ਹੋ ਗਈ, ਕੇਜਰੀਵਾਲ ਚਾਰੇ ਪਾਸੇ ਹੋ ਗਈ। ਦੇਖੋ, ਵਾਪਸ ਥੋੜ੍ਹਾ ਦਿੱਲੀ ਵੱਲ ਰੁਝਾਨ ਕਰ, ਦਿੱਲੀ ਵੱਲ ਚੱਲਦੇ ਹਾਂ। ਕਹਿੰਦੇ ਕਿ ਦਿੱਲੀ 'ਚ ਕੰਮ ਬਹੁਤ ਜ਼ਿਆਦਾ ਹੁੰਦੇ ਆ, ਇੱਦਾਂ ਦੀ ਕਿਹੜੀ ਜਾਦੂ ਦੀ ਛੜੀ ਹੈ ਕਿ ਦਿੱਲੀ 'ਚ ਕੰਮ ਹੁੰਦੇ ਆ, ਪੰਜਾਬ 'ਚ ਕਿਉਂ ਨਹੀਂ ਹੁੰਦੇ? ਪੰਜਾਬ ਦੇ ਵਿੱਚ ਨੀਤ ਸਾਫ਼ ਨਹੀਂ ਕਿਸੇ ਦੀ, ਪੰਜਾਬ ਦੇ 'ਚ ਆਪਣੇ ਘਰ ਭਰਦੇ ਆ। ਦਿੱਲੀ ਦੇ ਵਿੱਚ 30,000 ਕਰੋੜ ਤੋਂ ਚੱਕ ਕੇ 60,000 ਕਰੋੜ 'ਤੇ ਬਜਟ ਲੈ ਗਈ ਗੌਰਮੈਂਟ ਇੱਥੇ ਦੇ, ਅਜੇ ਤੱਕ 3 ਸਾਲ ਗੌਰਮੈਂਟ ਆਈ ਨੂੰ ਹੋ ਗਿਆ। ਉਹ ਵੀ ਕਹੀ ਜਾਂਦੀ ਆ ਸਾਡੇ ਕੋਲ ਖਜ਼ਾਨਾ ਖਾਲੀ ਆ, ਅਤੇ ਪਹਿਲਾਂ 10 ਸਾਲ ਦੂਜੀ ਸਰਕਾਰ ਰਹੀ ਆ, ਉਹ ਵੀ ਕਹਿੰਦੀ ਆ ਸਾਡੇ ਕੋਲ ਕੁਛ ਨਹੀਂ। ਉਹਨਾਂ ਨੇ ਵੀ ਗਹਿਣੇ ਕਰ ਦਿੱਤਾ ਸਾਰਾ ਕੁਛ, ਜੋ ਪੁਲਿਸ ਥਾਣੇ ਆ, ਜੋ ਸਰਕਾਰੀ ਹਸਪਤਾਲ ਆ, ਜੋ ਸਰਕਾਰੀ ਅਦਾਰੇ ਆ, ਸਾਰੇ ਗਹਿਣੇ ਪਏ ਆ ਬਾਦਲਾਂ ਦੇ ਕੀਤੇ ਹੋਏ। ਛਡਾਉਣੇ ਕਦੋਂ ਨੂੰ ਆ? ਇੰਨਾ ਕਰਜ਼ਾ ਉਹਨਾਂ ਨੇ ਚੜ੍ਹਾ ਦਿੱਤਾ ਵਾ, ਮੈਂ ਕਹਿੰਦਾ ਮੈਨੂੰ ਨਹੀਂ ਲੱਗਦਾ ਕਦੋਂ ਲੱਥੂਗਾ। ਸਾਡਾ ਹਰ ਬੰਦੇ ਦੇ ਇੱਕ ਬੰਦੇ ਦੇ ਸਿਰ 70,000 ਰੁਪਈਆ ਕਰਜ਼ਾ ਆ ਉਹਨੇ, ਗੌਰਮੈਂਟ ਸਾਡੀਆਂ ਇਹਨੇ ਪੰਜਾਬ ਨੇ, ਅਕਾਲੀਆਂ ਨੇ ਅਤੇ ਕਾਂਗਰਸੀਆਂ ਨੇ ਚੜ੍ਹਾਇਆ ਹੋਇਆ। ਦੇਖੋ, ਮਨਪ੍ਰੀਤ ਬਾਦਲ ਦਾ ਬਿਆਨ ਆਉਂਦਾ, ਕਹਿੰਦੇ ਕਿ ਖਜ਼ਾਨਾ ਖਾਲੀ ਹੈ, ਲੋਕ ਟੈਕਸ ਤਾਰਦੇ ਆ, ਰੋਡ ਟੈਕਸ ਦਿੰਦੇ ਆ, ਟੂਲ ਟੈਕਸ ਦਿੰਦੇ ਆ, ਜੋ ਖਜ਼ਾਨਾ ਫਿਰ ਵੀ ਖਾਲੀ ਹੈ, ਉਹ ਪੈਸਾ ਜਾਂਦਾ ਕਿੱਥੇ ਹੈ? ਇੱਦਾਂ ਕਰਨ, 6 ਮਹੀਨੇ ਛੱਡ ਕੇ ਪਾਸੇ ਹੋ ਜਾਣ, ਭਰ ਦਿਆਂਗੇ ਫਿਰ। ਕੇਜਰੀਵਾਲ ਆ ਕੇ ਭਰ ਦੂ, ਆਮ ਆਦਮੀ ਪਾਰਟੀ ਜਿਹੜੀ ਆ 6 ਮਹੀਨੇ ਛੱਡ ਕੇ ਪਾਸੇ ਹੋ ਜਾਣ, ਜੇ ਬਜਟ ਨਾ ਵਧਾ ਤਾ ਤਾਂ ਸਾਨੂੰ ਕਹਿ ਦੇਣ ਪਾਸੇ ਹੋ ਜਾਣ। ਹੁਣ ਹਲੇ ਦੇ ਵਿੱਚ ਜੋ ਇੱਕ ਬਜਟ ਪੇਸ਼ ਹੋਇਆ ਮਨਪ੍ਰੀਤ ਬਾਦਲ ਨੇ, ਜੋ ਬਜਟ ਪਾਸ ਕੀਤਾ, ਤੁਸੀਂ ਉਸ ਤੁਹਾਡੀ ਪਾਰਟੀ ਉਸ ਬਜਟ ਤੋਂ ਸੰਤੁਸ਼ਟ ਹੈ? ਨਹੀਂ, ਅਸੀਂ ਸੰਤੁਸ਼ਟ ਨਹੀਂ। ਅੱਜ ਮੈਂ ਇਹ ਇੱਕ ਹੋਰ ਗੱਲ ਕਹਿ ਦੇਵਾਂ, ਵਿੱਚ ਐਡ ਕਰ ਦੇਵਾਂ, ਸਕੂਲਾਂ ਦੇ ਵਿੱਚ ਰੰਗ ਕੀਤੇ ਜਾ ਰਹੇ ਆ, ਜਿਹੜੇ ਉੱਥੇ ਕੈਪਟਨ ਸਾਹਿਬ ਕਹਿ ਕੇ ਆਏ, ਮੈਂ 550 ਸਮਾਰਟ ਸਕੂਲ ਬਣਾ ਤਾ। ਸਕੂਲਾਂ ਦੇ ਵਿੱਚ ਰੰਗ ਕੀਤੇ ਜਾ ਰਹੇ NRI ਵੀਰਾਂ ਕੋਲੋਂ ਪੈਸੇ ਲੈ ਕੇ, ਅਤੇ ਪੰਚਾਇਤਾਂ ਜ਼ਿਆਦੀਆਂ ਕਾਂਗਰਸੀ ਆ, ਕਾਂਗਰਸ ਦੀਆਂ ਜਿਹੜੀਆਂ ਪੰਚਾਇਤਾਂ ਨੂੰ ਕਿਹਾ ਜਾਂਦਾ ਵਾ ਕਿ ਤੁਸੀਂ ਇਹਨਾਂ ਸਾਰੇ ਸਕੂਲਾਂ ਦੇ ਰੰਗ ਕਰ ਦਿਓ। ਰੰਗ ਕਰਕੇ ਮੁੜ ਕੇ ਉਹਨਾਂ ਸਕੂਲਾਂ ਨੂੰ ਸਮਾਰਟ ਸਕੂਲ ਬਣਾਇਆ ਜਾ ਰਿਹਾ ਵਾ। ਉੱਥੇ ਟੀਚਰ ਹੈ ਨਹੀਂ, ਬੱਚੇ ਸਰਕਾਰੀ ਸਕੂਲਾਂ ਵਿੱਚ ਨਹੀਂ ਜਾ ਰਹੇ ਕਿਉਂਕਿ ਪੜ੍ਹਾਈ ਹੈ ਨਹੀਂ। ਸਮਾਰਟ ਸਕੂਲ ਰੰਗ ਕਰਨ ਦੇ ਨਾਲ ਨਹੀਂ ਬਣਨੇ, ਸਮਾਰਟ ਸਕੂਲ ਟੀਚਰਾਂ ਨਾਲ ਬਣਨੇ ਆ, ਸਮਾਰਟ ਸਕੂਲ ਚੰਗੀ ਪੜ੍ਹਾਈ ਨਾਲ ਬਣਨੇ ਆ, ਸਮਾਰਟ ਸਕੂਲ ਚੰਗੀ ਨੀਤ ਨਾਲ ਬਣਨੇ ਆ। ਈਵਨ ਮੈਂ ਆ ਇੱਥੇ ਮੁੰਡੀ ਕਾਸੂ ਪਿੰਡ ਆ ਮੇਰੇ ਤੋਂ 5-7 ਕਿਲੋਮੀਟਰ ਦੂਰ, ਉੱਥੇ ਮੇਰੀ ਤਕਰੀਬਨ 1 ਹਫ਼ਤਾ ਪਹਿਲਾਂ ਦੀ ਇੱਕ ਲਾਈਵ ਵੀਡੀਓ ਪਈ ਆ, ਤੁਸੀਂ ਦੇਖ ਲਿਓ ਬੇਸ਼ੱਕ। ਉੱਥੇ ਸਕੂਲ ਆ ਦੋਗ ਨਾਲ ਥਾਂ ਦੇ ਵਿੱਚ, ਉਸ ਸਕੂਲ ਨੂੰ ਰਸਤਾ ਹੀ ਹੈ ਨਹੀਂ। ਕਦੇ ਮੰਨਿਆ ਕਦੇ ਕਿਸੇ ਨੇ ਕਿ ਰਸਤਾ ਹੈ ਨਹੀਂ ਸਕੂਲ ਨੂੰ? ਕਮਾਲ ਹੋ ਗਈ ਸਾਡੀ ਗੌਰਮੈਂਟ ਦੀ। ਮੈਂ ਲਾਈਵ ਕੀਤਾ ਵੀ ਇਹਨੂੰ ਕਮ ਸੇ ਕਮ ਕੋਈ ਰਸਤਾ ਹੀ ਦੇ ਦਿਓ, ਜੇ 2 ਲੱਖ ਰੁਪਏ ਦਾ ਖਰੀਦਿਆ ਜਾਂਦਾ ਖਰੀਦ ਲਓ, ਸਕੂਲ ਨੂੰ ਰਸਤਾ ਹੀ ਹੈ ਨਹੀਂ ਗਾ। ਕੈਪਟਨ ਸਰਕਾਰ ਨੇ ਹਾਲੇ ਦੇ ਵਿੱਚ ਇੱਕ ਬਿਆਨ ਆਇਆ ਕਿ ਜੋ ਇਹ ਬੱਸਾਂ ਦਾ ਕਿਰਾਇਆ ਸੀਗਾ
ਔਰਤਾਂ ਨੂੰ 50% ਉਹ ਘੱਟ ਲਿਆ ਜਾਵੇਗਾ, ਕੀ ਮੰਨਦੇ ਹੋ? ਮੈਂ ਅੱਜ ਪਹਿਲਾਂ ਹੀ ਨਿਊਜ਼ ਵਿੱਚ ਪੜ੍ਹਿਆ ਵਾ, ਇਹਨੇ ਇਹ ਗੱਲ ਇੱਕ ਦਿੱਲੀ ਸਰਕਾਰ ਦੀ ਗੱਲ ਫੋਲੋ ਕੀਤੀ ਆ ਕਿ ਉੱਥੇ ਤਾਂ ਬਿਲਕੁਲ ਮਾਫ਼ ਸੀਗਾ, ਇਹਨੇ ਕੰਮ ਸੇ ਕੰਮ ਅੱਧਾ ਕੀਤਾ ਵਾ, ਜੇ ਅੱਧਾ ਰਹਿ ਜਾਵੇ ਤਾਂ ਕੀ ਪਤਾ ਕੱਲ੍ਹ ਨੂੰ ਕਹਿਣਾ ਬਜਟ ਹੈ ਨਹੀਂ ਅਤੇ ਜਿਹੜੇ ਪਿਛਲੇ ਪੈਸੇ ਉਹ ਵੀ ਸਾਨੂੰ ਦੇ ਦਿਓ। ਜੇਕਰ ਜਿੱਦਾਂ ਕਿ 50% ਜੋ ਕਰਾਇਆ ਉਹ ਘੱਟ ਗਿਆ ਤਾਂ ਤੁਸੀਂ ਇਸ ਤੋਂ ਸੰਤੁਸ਼ਟ ਹੋ ਜੇ? ਬਿਆਨ ਪੂਰਾ ਹੁੰਦਾ ਨਹੀਂ, ਜੇ ਬਿਆਨ ਪੂਰਾ ਹੁੰਦਾ ਵਾ ਤਾਂ ਅਸੀਂ ਤਾਂ ਇਹ ਸਿਰਫ ਇਸ ਅੱਧੇ ਕਿਰਾਏ 'ਤੇ ਉਹ ਖੁਸ਼ ਕਰ ਦੇਣਗੇ ਲੋਕਾਂ ਨੂੰ, ਬਹੁਤ ਕੁਛ ਕਰਨ ਵਾਲਾ ਵਾ, ਇੰਨੇ ਨੂੰ ਕਰਕੇ ਉਹ ਕੀ ਕਰਨਗੇ, ਲੋਕਾਂ ਨੂੰ ਸੰਤੁਸ਼ਟ ਕਰ ਲੈਣਗੇ? ਨਹੀਂ ਹੋ ਸਕਦਾ। ਇਹ ਬਹੁਤ ਸਾਰੇ ਕੰਮ ਕਰਨ ਵਾਲੇ ਆ ਜਿਹੜੇ ਕਰਨੇ ਪੈਣੇ ਆ, ਜੇ ਉਹ ਨਹੀਂ ਕਰਦੇ ਤਾਂ ਅਗਲੇ 1.5 ਸਾਲ ਬਾਕੀ ਆ, ਉਦੋਂ ਦੇਖ ਲਿਓ ਫਿਰ ਕੀ ਹਾਲਾਤ ਹੁੰਦਾ ਵਾ। ਜੋ ਅੱਗੇ ਹਾਸ਼ੀਏ 'ਤੇ ਧੱਕਤਾ ਸੀ ਅਕਾਲੀਆਂ ਨੂੰ ਲੋਕਾਂ ਨੇ, ਅਤੇ ਹੁਣ ਕਾਂਗਰਸ ਨੂੰ ਵੀ ਹਾਸ਼ੀਏ 'ਤੇ ਧੱਕਣਗੇ, ਇਹ ਤੁਸੀਂ ਵੀ ਦੇਖ ਲਿਓ ਅਤੇ ਮੈਂ ਵੀ ਦੇਖ ਲੈਣਾ ਵਾ, 1.5 ਸਾਲ ਬਾਕੀ ਰਹਿ ਗਿਆ ਵਾ। ਦੇਖੋ ਜੀ, ਜਿਸ ਐਰੀਏ 'ਚ ਆਪਾਂ ਖੜ੍ਹੇ ਹਾਂ ਤੁਸੀਂ ਵੀ ਇਸ ਐਰੀਏ ਦੇ ਵਸਨੀਕ ਹੋ, ਤੁਹਾਨੂੰ ਚੱਪੇ ਚੱਪੇ ਤੁਸੀਂ ਵਾਕਫ ਹੋ। ਜਦੋਂ ਦਰਿਆ ਸਤਲੁਜ ਕਾਫੀ ਜ਼ਿਆਦਾ ਪਾਣੀ ਆਇਆ ਸੀ ਤਾਂ ਕਾਫੀ ਜ਼ਿਆਦਾ ਜੋ ਲੋਕ ਸੀ ਪਾਣੀ ਦੀ ਲਪੇਟ ਵਿੱਚ ਆਏ ਸੀ, ਪਰ ਜਿਹੜੀ ਸਰਕਾਰ ਸੀ ਇਸ ਐਰੀਏ ਦੇ ਵਿੱਚ ਉਹਨਾਂ ਨੇ ਕੁਛ ਕੀਤਾ ਜੀ? ਮੈਂ ਜਿਸ ਦਿਨ 19 ਤਰੀਕ ਨੂੰ ਮੇਰਾ ਖਿਆਲ ਹੜ੍ਹ ਆਇਆ ਸੀ ਉਹ, ਹਾਂਜੀ, ਜੇ ਮੈਂ ਨਹੀਂ ਭੁੱਲਦਾ ਤਾਂ ਮੈਂ ਇੱਥੋਂ ਲੈ ਕੇ ਅਤੇ ਸਾਡਾ ਇਹ 70 ਕਿਲੋਮੀਟਰ ਦਾ ਪੁਲ ਬੰਨ ਬਣਦਾ ਵਾ, ਮੈਂ ਉੱਦਣ ਸਵੇਰੇ 9-10 ਵਜੇ ਉੱਥੇ ਚਲੇ ਗਿਆ ਸੀ ਬੰਨ 'ਤੇ, ਅਤੇ ਮੈਂ ਸਾਰਾ ਦੌਰਾ ਕੀਤਾ ਸੀ ਉੱਦਣ। ਅਤੇ ਜਦੋਂ ਮੈਂ ਇੱਥੋਂ ਦੌਰਾ ਕਰਕੇ ਅਤੇ ਗਿਆ ਵਾਂ ਨਾ ਬਾਊਪੁਰ ਐਂਡ 'ਤੇ, ਅਤੇ ਉੱਥੇ 2:30 ਵਜੇ ਪਤਾ ਲੱਗ ਗਿਆ ਸੀਗਾ ਕਿ ਬੰਨ ਟੁੱਟ ਗਿਆ ਪਿੱਛੇ ਜਾਣੀਆਂ ਦੇ ਕੋਲੋਂ। ਅਸੀਂ ਇੱਥੇ ਆਏ ਹਾਂ, ਅਸੀਂ 2 ਮਹੀਨੇ ਇੱਥੇ ਹੜ੍ਹ ਦੇ ਵਿੱਚ ਸੰਤਾਪ ਝੱਲਿਆ ਵਾ, ਵੋਟਾਂ ਦੇ ਵਿੱਚ ਜਾ ਕੇ, ਜਿਹੜੀਆਂ ਵੋਟਾਂ ਸਰਕਾਰ ਦੀਆਂ ਸੀ ਉਹ ਸਾਨੂੰ ਕੋਈ ਵੋਟ ਨਹੀਂ ਲੱਭੀ, ਹੱਥ ਵਾਲੇ ਚੱਪੂ ਲਾ ਕੇ ਇੱਥੇ ਪਿੱਪਲੀ ਪਿੰਡ ਆ ਸਾਡੇ ਲਾਗੇ, ਉੱਥੋਂ ਦੀਆਂ 4-5 ਵੋਟਾਂ ਵਾ, ਅਸੀਂ ਉਹਨਾਂ 'ਚੋਂ 3 ਵੋਟਾਂ ਲਈਆਂ। 8 ਬੰਦੇ ਸਾਡੇ ਨਾਲ ਬਹਿ ਜਾਂਦੇ ਸੀਗੇ, ਚੱਪੂ ਲਾਉਂਦੇ ਸੀ, ਥੱਕ ਜਾਂਦੇ ਸੀ, ਅੱਤ ਦੀ ਗਰਮੀ, ਥੱਲਿਓ ਪਾਣੀ ਸੇਕ ਮਾਰਦਾ ਜੀ, ਉੱਤੋਂ ਗਰਮੀ ਸੀਗੀ। ਅਸੀਂ ਉੱਥੇ ਲੋਕਾਂ ਨੂੰ ਸਮਾਨ ਪਹੁੰਚਾਉਂਦੇ ਰਹੇ ਹਾਂ, ਘਰ ਘਰ ਜਾ ਕੇ, ਜੇ ਨਹੀਂ ਮੰਨਦਾ ਕੋਈ ਤਾਂ ਜਾ ਕੇ ਇੱਧਰ 30-40 ਪਿੰਡਾਂ ਵਿੱਚੋਂ ਜਾ ਕੇ ਪੁੱਛ ਲਓ ਵੀ ਰਤਨ ਸਿੰਘ ਨੇ ਇੱਥੇ ਕੋਈ ਕੰਮ ਕੀਤਾ ਵਾ ਕਿ ਨਹੀਂ। ਅਸੀਂ ਜਾਂਦੇ ਰਹੇ ਹਾਂ, ਇੱਥੇ ਦੇ ਜਿਹੜੇ ਸਰਕਾਰੀ ਬੰਦੇ ਸੀ ਉਹਨਾਂ ਨੂੰ ਧੱਕੇ ਪਏ ਆ ਇੱਥੋਂ, ਅਤੇ ਕੁਛ ਨਹੀਂ ਕੀਤਾ ਸਰਕਾਰ ਨੇ। ਈਵਨ ਇੱਕ ਹੋਰ ਮੈਂ ਗੱਲ ਵਿੱਚ ਐਡ ਕਰਾਂ, ਜਿੰਨਾ ਰਾਸ਼ਨ ਪਬਲਿਕ ਲਿਆਈ ਆ, ਲੋਕ ਸਾਡੇ ਲਿਆਏ ਆ, ਪੰਜਾਬੀ ਲਿਆਏ ਆ, ਇਹਨਾਂ ਨੇ ਧੰਨ ਧੰਨ ਕਰਾ ਦਿੱਤੀ। ਇਹ ਜਾਣ ਕੇ ਜਿਹੜੇ ਪ੍ਰਸ਼ਾਸਨ ਸੀ ਜਾਣ ਕੇ ਮੂਹਰਿਓ ਰਾਹ ਬੰਦ ਕਰ ਦਿੰਦੇ ਸੀ, ਅਤੇ ਟਰਾਲੀਆਂ ਅੱਗੇ ਜਿੱਥੇ ਪਹੁੰਚਣੀਆਂ ਚਾਹੀਦੀਆਂ ਉੱਥੇ ਨਹੀਂ ਸੀ ਪਹੁੰਚਦੀ ਟਰਾਲੀ, ਅਤੇ ਫੇਰ ਕੀ ਪ੍ਰਸ਼ਾਸਨ ਦੇ ਬੰਦੇ ਕਹਿੰਦੇ ਸੀਗੇ ਵੀ ਤੁਸੀਂ, ਉਹ ਪੁੱਛਦੇ ਸੀ ਪ੍ਰਸ਼ਾਸਨ ਨੂੰ, ਅਸੀਂ ਹੁਣ ਕੀ ਕਰੀਏ, ਅਸੀਂ ਲੈ ਕੇ ਆਏ ਰਾਸ਼ਨ, ਅਸੀਂ ਇਹਨੂੰ ਕਿੱਥੇ ਲੈ ਕੇ ਜਾਈਏ? ਉਹ ਵੀ ਕਹਿੰਦੇ ਆਓ ਤੁਹਾਨੂੰ ਅਸੀਂ ਦੱਸਦੇ ਹਾਂ। ਪਾਰਕਲੈਂਡ ਇੱਥੇ ਲੋਹੀਆਂ ਦੇ ਵਿੱਚ ਇੱਕ ਪੈਲਸ ਆ, ਉਹਦੇ ਵਿੱਚ ਇਹ ਸਾਰਾ ਸਮਾਨ ਲਵਾਉਂਦੇ ਰਹੇ ਆ। ਉੱਥੇ ਪਨਗ੍ਰਾਮ ਇੱਕ ਕੰਪਨੀ ਆ, ਉਹਦੀਆਂ ਪਰਚੀਆਂ ਬਣਾ ਬਣਾ ਕੇ ਇਹ ਫਿਰ ਸਰਕਾਰੀ ਬਣਾ ਕੇ ਉਸੇ ਸਮਾਨ ਨੂੰ ਲੋਕਾਂ ਦੇ ਨੂੰ ਅਤੇ ਪਿੰਡਾਂ 'ਚ ਵੰਡਦੇ ਰਹੇ ਆ। ਕਿਸੇ ਸਰਕਾਰ ਨੇ, ਕਿਸੇ ਪ੍ਰਸ਼ਾਸਨ ਨੇ ਕੁਛ ਨਹੀਂ ਕੀਤਾ ਅਜੇ ਤੱਕ। ਜੋ ਟਾਈਮ ਚੱਲ ਰਿਹਾ ਸਰਕਾਰ ਦੇ ਉਦੋਂ ਮੁਆਵਜ਼ੇ ਦੀ ਗੱਲ ਕੀਤੀ ਸੀਗੀ ਕਿ ਤੁਹਾਡੇ ਏਰੀਏ ਦੇ ਵਿੱਚ ਕੁਛ ਮੁਆਵਜ਼ਾ ਕਿਸ ਨੂੰ ਮਿਲਿਆ? ਇੱਕ ਪੈਸਾ ਨਹੀਂ ਮੁਆਵਜ਼ਾ ਮਿਲਿਆ। 12,000 ਇਹਨਾਂ ਨੇ ਕਿਹਾ ਸੀ, 6,000 ਸਟੇਟ ਗੌਰਮੈਂਟ ਦਊਗੀ, 6,000 ਸੈਂਟਰ ਦਊਗੀ, ਇਹਨਾਂ ਨੇ ਉਦੋਂ ਐਲਾਨ ਕੀਤਾ ਸੀ। ਅਜੇ ਤੱਕ ਕਿਸੇ ਨੂੰ ਨਹੀਂ ਮੁਆਵਜ਼ਾ ਮਿਲਿਆ। ਮੈਂ ਵੀ ਜ਼ਿਮੀਂਦਾਰ ਹਾਂ,
ਮੇਰੇ ਕੋਲ ਤਾਂ ਆਇਆ ਨਹੀਂ ਕੋਈ ਬੰਦਾ ਵੀ ਆ ਕੇ ਕਿਹਾ ਵੀ ਕਿਸੇ ਨੇ ਵੀ ਪੈਸੇ ਮਿਲੇ ਆ। ਆਹ ਮੇਰਾ ਖਿਆਲ ਹਫ਼ਤਾ 10 ਦਿਨ ਪਹਿਲਾਂ ਥੋੜ੍ਹਾ ਜਿਹਾ ਮੈਂ ਆਪਣੇ ਤਹਿਸੀਲਦਾਰ ਸਾਹਿਬ ਦੇ PA ਨੂੰ ਫੋਨ ਕੀਤਾ ਸੀਗਾ ਅਤੇ ਉਹ ਮੈਨੂੰ ਇਹ ਨਾ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਸਾਡੇ ਕੋਲੋਂ DC ਸਾਹਿਬ ਨੇ ਪੇਪਰ ਮੰਗੇ ਆ ਅਤੇ ਤੁਸੀਂ ਜਿਹੜੇ ਖਰਾਬੇ ਦੇ ਆ ਉਹਦੀਆਂ ਗਰਦੌਰੀਆਂ ਸਾਨੂੰ ਦਿਓ ਅਤੇ ਆਇਆ ਅਜੇ ਤੱਕ ਕੁਛ ਨਹੀਂ ਗਾ। ਇਹ ਮੈਂ ਜ਼ਰੂਰ ਉਹਦੇ ਮੂੰਹੋਂ ਸੁਣੀ ਸੀ ਵੀ ਸਾਡੇ ਕੋਲ ਦੁਬਾਰਾ ਫਿਰ ਸਾਨੂੰ ਖਿੱਚਿਆ ਵਾ ਹੁਣ ਇੱਦਾਂ ਦਾ ਕੁਛ ਨਹੀਂ ਹੋਇਆ। 2017 ਤੋਂ ਬਾਅਦ ਜੋ ਤਿਆਰੀ ਸੀ ਹੁਣ ਕਿੱਦਾਂ ਦੀ ਤਿਆਰੀ ਚੱਲ ਰਹੀ ਹੈ, ਪਾਰਟੀ ਜੋ ਰਣਨੀਤੀ ਕਿੱਦਾਂ ਤਿਆਰ ਕਰੀਏ, ਕੀ ਪ੍ਰੋਗਰਾਮ ਕੀ ਹੋ ਗਿਆ ਤੁਹਾਡਾ? ਅਸੀਂ ਬਹੁਤ ਵਧੀਆ ਗੱਲ ਆ ਕਿ ਅਸੀਂ ਉਦੋਂ ਦੇ ਹੀ ਕੰਮ ਕਰਦੇ, ਮੈਂ ਤਾਂ ਉਦੋਂ ਦਾ ਹੀ ਫੀਲਡ ਦੇ ਵਿੱਚ ਕੰਮ ਕਰ ਰਿਹਾ ਵਾਂ। ਹਾਂਜੀ, ਮੇਰੇ ਵੱਲੋਂ ਕੋਈ ਢਿੱਲ ਨਹੀਂ ਸੀ ਅਤੇ ਸਾਡੀ ਸਰਕਾਰ ਬਣਨ ਦਾ ਕਰਕੇ ਦਿੱਲੀ ਦੇ ਵਿੱਚ ਹੁਣ ਲੋਕ ਅਕਾਲੀ ਕਾਂਗਰਸੀ ਸਾਨੂੰ ਰੋਜ਼ ਆਵਾਜ਼ਾਂ ਮਾਰ ਰੋਕ ਰੋਕ ਕੇ ਕਹਿੰਦੇ ਆ ਤਕੜੇ ਹੋ ਜਾਓ, ਅਸੀਂ ਤੁਹਾਡੇ ਨਾਲ ਹਾਂ, ਮੌਕਾ ਆਉਣ ਦਿਓ, ਅਸੀਂ 22 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਵਾਂਗੇ। ਲੋਕ ਦੁਖੀ ਆ ਕਾਂਗਰਸ ਤੋਂ ਵੀ ਅਤੇ ਅਕਾਲੀਆਂ ਤੋਂ ਵੀ ਦੁਖੀ ਆ, ਇਹ ਸਰਕਾਰ ਨੂੰ ਲਾਗੇ ਲੈ ਕੇ ਜਾ ਰਿਹਾ। ਜੇ ਅੱਜ ਲੋਕ ਬਾਹਰ ਨਿਕਲਣ ਅਤੇ ਇਹਨਾਂ ਦੇ ਸਿਰ 'ਤੇ ਇਹਨਾਂ 'ਤੇ ਪਰਚੇ ਕਰਦੇ ਨੇ, ਝੂਠੇ ਪਰਚੇ ਕਰੀ ਜਾਂਦੇ ਆ, ਮੇਰੇ 'ਤੇ ਵੀ ਹੋਇਆ ਸੀ, ਮੈਂ ਵੀ 15 ਦਿਨ ਜੇਲ੍ਹ ਕੱਟ ਕੇ ਆਇਆ, ਮੈਨੂੰ ਕੁਹਾੜ ਨੇ ਅੰਦਰ ਕਰਵਾਇਆ ਸੀ ਮਗਰੋਂ ਉਹ ਬਰੀ ਹੋ ਗਏ 3 ਸਾਲੀ। ਇਹ ਲੋਕਾਂ ਦੇ ਉੱਤੇ ਪਰਚੇ ਕਰਦੇ ਆ ਤਾਂ ਲੋਕ ਅਜੇ ਚੁੱਪ ਕੀਤੇ ਹੋਏ ਆ। ਲੋਕ ਸਾਨੂੰ ਰੋਕ ਰੋਕ ਕੇ ਕਹਿੰਦੇ ਅਸੀਂ ਤੁਹਾਡੇ ਨਾਲ ਹਾਂ, ਤੁਸੀਂ ਤਕੜੇ ਹੋ ਜਾਓ, ਬਹਿ ਨਾ ਜਾਇਓ ਕਿਤੇ। ਮੈਂ ਕਿਹਾ ਅਸੀਂ ਤਾਂ ਅੱਗੇ ਵੀ ਨਹੀਂ ਬੈਠੇ, ਅਸੀਂ ਤਾਂ ਅੱਗੇ ਵੀ। 2022 ਦੇ ਵਿੱਚ ਕਿੱਦਾਂ ਦਾ ਲੱਗਦਾ, ਕੀ ਹੁੰਗਾਰੇ ਮਿਲ ਗਏ? ਅਸੀਂ ਸਾਡੀ ਸਰਕਾਰ ਬਣੂਗੀ, ਬਹੁਮਤ ਦੇ ਨਾਲ ਬਣੂ। ਤੁਸੀਂ 2017 'ਚ ਇਲੈਕਸ਼ਨ ਹੋਇਆ ਸੀ ਤਾਂ ਜੋ ਸੀਟਾਂ ਦੀ ਉਮੀਦ ਕਾਫੀ ਜ਼ਿਆਦਾ ਕੀਤੀ ਜਾਂਦੀ ਸੀ, ਪਰ ਜੋ ਪਾਰਟੀ ਸੀ 18-20 ਸੀਟਾਂ ਦੇ ਸਿਮਟ ਕੇ ਰਹਿ ਜਾਂਦੀ ਹੈ, ਇਸ ਤਰ੍ਹਾਂ ਤਾਂ ਨਹੀਂ ਹੋ ਗਿਆ ਦੁਬਾਰਾ ਫਿਰ ਉੱਦਾਂ ਦੇ ਹਾਲਾਤ ਹੋਣ? ਦੇਖੋ, ਅਸੀਂ ਜ਼ਿਮੀਂਦਾਰ ਹਾਂ ਅਤੇ ਸਾਨੂੰ ਤਜਰਬਾ ਇਸ ਗੱਲ ਦਾ ਵਾ, ਪਹਿਲੀ ਵਾਰੀ ਜਦੋਂ ਫਸਲ ਬੀਜਦੇ ਹਾਂ ਨਾ, ਕਈ ਵਾਰੀ ਗਿੱਲੀ ਜ਼ਿਆਦਾ ਹੋ ਜਾਂਦੀ ਆ ਜ਼ਮੀਨ, ਕਈ ਵਾਰੀ ਸੁੱਕੀ ਜ਼ਿਆਦਾ ਰਹਿ ਜਾਂਦੀ ਆ, ਕਈ ਵਾਰੀ ਜਿਹੜਾ ਬੀਜ ਆ ਉਹ ਥੋੜ੍ਹਾ ਜਿਹਾ ਹਿਸਾਬ ਦੇ ਨਾਲ ਨਹੀਂ ਪੈਂਦਾ। ਅਤੇ ਸਰਕਾਰ ਅਸੀਂ ਮਤਲਬ ਗਲਤੀ ਮੰਨਦੇ ਹਾਂ, ਪਾਰਟੀ ਗਲਤੀ ਮੰਨਦੀ ਆ ਕਿ ਸਾਡੇ ਕੋਲੋਂ ਬਹੁਤ ਸਾਰੀਆਂ ਗਲਤੀਆਂ ਹੋ ਗਈਆਂ। ਦੂਜੀ ਗੱਲ ਕਿ ਜਦੋਂ 100 ਸੀਟ ਕੰਪਨੀਆਂ ਬਹੁਤ ਸਾਰੀਆਂ ਦੇਣ ਲੱਗ ਪਈਆਂ ਸੀ ਅਤੇ ਇਹਨਾਂ ਮੀਡੀਆ 'ਤੇ ਕਾਫੀ ਜ਼ਿਆਦਾ ਵਾਇਰਲ, ਬਿਲਕੁਲ ਸੋਸ਼ਲ ਮੀਡੀਆ 'ਤੇ 100 ਸੀਟ ਮਿਲ ਰਹੀ ਸੀ, ਜਦੋਂ 100 ਸੀਟ ਮਿਲਣ ਲੱਗ ਪਈ ਅਤੇ ਫਿਰ ਇਹਨਾਂ ਰਵਾਇਤੀ ਪਾਰਟੀਆਂ ਦੋਨਾਂ ਨੇ ਪਤਾ ਕੀ ਆਪਸ ਵਿੱਚ ਕੀਤਾ? ਸਾਡੇ ਇੱਥੇ ਵਿਧਾਇਕ ਸੀ ਕੁਹਾੜ ਉਸ ਟਾਈਮ 'ਤੇ, ਸਾਡੇ ਕੋਲ ਬੰਦੇ ਬਹੁਤ ਸਾਰੇ ਆਏ ਆ ਜਿਹੜੇ ਕਹਿੰਦੇ ਸਾਨੂੰ, ਕੁਹਾੜ ਇਹ ਕਹਿੰਦਾ ਵਾ ਜੇ ਤੁਸੀਂ ਮਤਲਬ ਮੇਰੇ ਨਾਲ ਨਾਰਾਜ਼ ਆ ਨਾ ਅਤੇ ਤੁਸੀਂ ਪੰਜੇ ਨੂੰ ਨਾ ਪਾਇਓ ਵੋਟ, ਸੋਰੀ ਤੁਸੀਂ ਝਾੜੂ ਨੂੰ ਵੋਟ ਨਾ ਪਾਇਓ, ਪੰਜੇ ਨੂੰ ਪਾ ਦਿਓ, ਝਾੜੂ ਵਾਲੇ ਟੋਪੀ ਵਾਲੇ ਆ ਉਹਨਾਂ ਕੋਲੋਂ ਅਜੇ ਕੁਛ ਨਹੀਂ ਹੋਣਾ, ਤੁਸੀਂ ਪੰਜੇ ਨੂੰ ਪਾ ਦਿਓ। ਇਹਨਾਂ ਦੀ ਆਪਸ ਮੈਂ ਗਿੱਟ ਮਿੱਟ ਕੀਤੀ ਹੋਈ ਸੀ, ਰਲੇ ਹੋਏ ਸੀ ਦੋਵੇਂ, ਜਿਵੇਂ ਭਗਵੰਤ ਮਾਨ ਕਹਿੰਦਾ ਵਾ ਇੱਕ ਪੁੜ ਥੱਲੇ ਐਤਕੀ ਆ ਗਿਆ, ਦੂਜਾ ਪੁੜ ਥੱਲੇ ਉੱਤੇ ਦੂਜਾ ਆ ਗਿਆ, ਇਹ ਵਾਰੀ ਵਾਰੀ ਇੱਕ ਪੁੜ ਉੱਤੇ ਦੂਜਾ ਉੱਤੇ ਦੂਜੀ ਵਾਰੀ ਆ ਜਾਂਦਾ ਅਤੇ ਪਿਸਦੇ ਕੀ ਆ ਦਾਣੇ, ਦਾਣੇ ਜਿਹੜੇ ਨਾਲ ਲੱਗੇ ਰਹਿ ਜਾਂਦੇ ਆ ਥੋੜ੍ਹੇ ਜਿਹੇ ਉਹ ਧੁਰੇ ਦੇ ਉਹ ਬਚ ਜਾਂਦੇ ਆ, ਬਾਕੀ ਸਾਰੇ ਜਿਹੜੇ ਆ ਦਾਣੇ ਉਹ ਪਿਸ ਜਾਂਦੇ ਆ। ਅੱਜ 3 ਸਾਲ ਹੋਣ ਤੋਂ ਉੱਤੇ ਹੋ ਗਏ ਆ, ਸਾਰੇ ਲੋਕ ਦਾਣਿਆਂ ਦੇ ਮਤਲਬ ਕਹਾਵਤ ਆ ਕਿ ਦਾਣੇ ਜਿਹੜੇ ਆ ਉਹ ਪਿਸ ਜਾਂਦੇ, ਲੋਕ ਦਾਣਿਆਂ ਵਾਂਗੂ ਅੱਜ ਪਿੱਸੇ ਪਏ ਆ। ਤੁਸੀਂ ਜਿੱਥੇ ਮਰਜ਼ੀ ਪੁੱਛ ਲਓ, ਚਾਹੇ ਅਕਾਲੀ ਆ ਚਾਹੇ ਕਾਂਗਰਸੀ ਆ, ਸਭ ਮਜੀਠੀਆ ਇਲਜ਼ਾਮ ਲਗਾਉਂਦਾ। ਮਜੀਠੀਆ ਬਿਕਰਮ ਸਿੰਘ ਮਜੀਠੀਆ ਕਹਿੰਦੇ ਨੇ ਕਿ ਜੋ ਕੇਜਰੀਵਾਲ ਨੇ ਉਹਨਾਂ ਨੇ ਮਾਫ਼ੀ ਮੰਗਣੀ, ਮੇਰੇ ਪੈਰਾਂ 'ਚ ਡਿੱਗ ਪੈ ਸੀ।
ਨਹੀਂ, ਕਿਤੇ ਮਾਫ਼ੀ ਨਹੀਂ ਮੰਗੀ ਉਹਨੇ, ਕਿਤੇ ਉਹਨੇ ਪੈਰਾਂ 'ਤੇ ਨਹੀਂ ਡਿੱਗਿਆ। ਇਹਨਾਂ ਨੇ ਦੋਵਾਂ ਨੇ ਰਲ ਕੇ ਇਹ ਇੱਕ ਸਾਜ਼ਿਸ਼ ਘੜੀ ਸੀ। ਤੀਜੀ ਸੀਗੀ ਆਪਣੀ BJP, ਕਿ ਕੇਜਰੀਵਾਲ ਇਕੱਲਾ ਬੰਦਾ ਸੀਗਾ, ਸਿਆਸੀ ਨਹੀਂ ਸੀ, ਸਿਰਫ ਨੀਤ ਦਾ ਸਾਫ਼ ਸੀਗਾ। ਉਹਦੇ 'ਤੇ 30 ਦਿਨ ਮਹੀਨੇ 'ਚ ਹੁੰਦੇ ਆ, ਉਹਦੇ ਉੱਤੇ 32 ਤੋਂ 34 ਪਰਚੇ ਸੀਗੇ। ਜੇ ਕਿਤੇ ਪਰਚੇ ਸਿਆਣਾ ਨਿਕਲਿਆ, ਕੇਜਰੀਵਾਲ ਨੂੰ ਮੈਂ ਸਲੂਟ ਕਰਦਾ ਵਾਂ, ਸਿਆਣਾ ਨਿਕਲਿਆ, ਉਹਨੇ ਮਾਫ਼ੀ ਦੇ ਤੌਰ ਵਿੱਚ ਇੱਕ ਪੇਪਰ ਦੇ ਕੇ ਅਤੇ ਆਪਣੇ 30 ਦਿਨ ਸੇਫ ਕਰ ਲਏ। ਸੇਫ ਕਰਕੇ ਨਤੀਜਾ ਤੁਹਾਡੇ ਸਾਹਮਣੇ ਲਿਆ ਤਾ, 2 ਸਾਲਾਂ ਦੇ ਵਿੱਚ ਧੰਨ ਧੰਨ ਕਰਾ ਤੀ, ਲੋਕਾਂ ਨੂੰ ਇਹ ਕਹਿ ਦਿੱਤਾ ਉਹਨੇ, ਜੇ ਮੈਂ ਕੰਮ ਕੀਤਾ ਵਾ ਤਾਂ ਤੁਸੀਂ ਵੋਟ ਪਾਇਓ, ਜੇ ਨਹੀਂ ਕੀਤਾ ਬੇਸ਼ੱਕ ਨਾ ਪਾਇਓ। ਉਹਦੇ ਕੰਮ ਬੋਲਦੇ ਆ, ਉਹਦੇ ਉਹਦੇ ਝਾੜੂ ਬੋਲਦਾ ਵਾ, ਉਹਦੇ ਕੰਮ ਬੁਲਾ ਤੇ ਲੋਕਾਂ ਨੇ ਵਾਕਈ, ਕੇਜਰੀਵਾਲ ਸਾਹਿਬ ਤੁਸੀਂ ਕੰਮ ਕੀਤਾ ਵਾ, ਅਸੀਂ ਤੇਰੇ ਨਾਲ ਹਾਂ, ਅਸੀਂ 62 ਸੀਟਾਂ ਤੈਨੂੰ ਦੇ ਕੇ ਤੈਨੂੰ ਜਿਤਾਉਂਦੇ ਹਾਂ। ਫਿਰ ਉਹਨੇ ਵਿਧਾਨ ਸਭਾ ਦੇ ਵਿੱਚ ਉਹਨਾਂ ਨੂੰ ਬਿਠਾਤਾ, ਮੁੱਖ ਮੰਤਰੀ ਫਿਰ ਬਣਾਤਾ। ਇਹ ਗੱਲਾਂ ਕਰਦੇ ਕਰੀ ਜਾਣ, ਇਹ ਮਾਫ਼ੀ ਮੰਗ ਲਈ। ਅੱਜ ਸੰਜੇ ਸਿੰਘ ਦਾ ਕੇਸ ਚੱਲਦਾ ਵਾ, ਮਜੀਠੀਆ ਚੋਰ ਹੈ, ਅਸੀਂ ਵੀ ਕਹਿੰਦੇ ਮਜੀਠੀਆ ਚੋਰ ਆ, ਜੇ ਨਹੀਂ ਤਾਂ ਉਹਨਾਂ ਦੀ ਆ ਥੋੜ੍ਹੇ ਦਿਨ ਪਹਿਲਾਂ ਕੋਠੀ ਦੇ ਵਿੱਚੋਂ ਨਿਕਲਿਆ ਕਿ ਨਹੀਂ ਚਿੱਟਾ ਕੁਇੰਟਲਾਂ ਦੇ ਹਿਸਾਬ, ਜੇ ਉਹ ਨਹੀਂ ਚੋਰ ਆ ਕੇ ਦੱਸਣ ਉਹ ਕਾਹਤੋਂ ਨਿਕਲਿਆ ਉੱਥੋਂ। ਸ਼ਾਹਕੋਟ ਐਰੀ ਨੂੰ ਇੱਕ ਅਕਾਲੀਆਂ ਦਾ ਗੜ੍ਹ ਮੰਨਿਆ ਜਾਂਦਾ ਸੀ, ਪਰ ਇੱਕ ਨਵੀਂ ਪਾਰਟੀ ਆਉਂਦੀ ਹੈ, ਆਮ ਆਦਮੀ ਪਾਰਟੀ, ਅਤੇ 18 ਤੋਂ 20 ਸੀਟਾਂ ਲੈ ਜਾਂਦੀ ਹੈ। ਡਾਕਟਰ ਅਮਰਜੀਤ ਸਿੰਘ ਜੋ ਮੈਦਪੁਰ ਤੋਂ ਟਿਕਟ ਉਹਨੂੰ ਮਿਲਦੀ ਹੈ, ਪਰ ਉਹ ਵੀ ਸਾਥ ਛੱਡ ਜਾਂਦੇ ਨੇ। ਅਸਲ ਵਿੱਚ ਨਾ, ਜਿਸ ਬੰਦੇ ਦਾ ਕੋਈ ਤਜਰਬਾ ਨਾ ਹੋਵੇ, ਜਿਸ ਬੰਦੇ ਨੂੰ ਥੋੜ੍ਹੀ ਜਿਹੀ ਨੌਲੇਜ ਨਾ ਹੋਵੇ, ਉਹ ਬੰਦਾ ਭੱਜ ਸਕਦਾ ਵਾ। ਇਹ ਕਈ ਵਾਰੀ ਡਰ ਦੇ ਵਿੱਚੋਂ ਕਾਮਯਾਬੀ ਨਿਕਲਦੀ ਆ। ਇਹਨੂੰ ਡਰ ਪੈ ਗਿਆ ਕਿ ਹੁਣ ਮੈਂ ਪੈਸੇ ਅੱਗੇ ਕਮਾ ਗਿਆ ਵਾਂ ਅਤੇ ਹੁਣ ਮੈਨੂੰ ਪੈਸੇ ਲਾਉਣੇ ਪੈ ਜਾਣੇ ਆ, ਅਤੇ ਨਿਕਲ ਗਿਆ। ਸੋ ਇਸ ਕਰਕੇ ਇਹਦੇ ਨਾਲ ਇੱਕ ਵੀ ਵੋਟ ਨਹੀਂ ਸੀ, ਵੋਟਰ ਇਹਦੇ ਨਾਲ ਨਹੀਂ ਗਿਆ ਕੋਈ ਵੀ, ਸਿਰਫ ਵੋਟਰ ਇਹਦੇ ਨਾਲ ਗੁੱਸੇ ਸੀ, ਅਤੇ ਇਸ ਕਰਕੇ ਉਹ ਚਿੜ ਕੱਢ ਕੇ ਉਹ ਕਾਂਗਰਸ ਨੂੰ ਪਾਤੀ। ਉਦੋਂ ਜਮਨੀ ਚੋਣ ਸੀਗੀ, ਉਹ ਕਾਂਗਰਸ ਵੱਲ ਸ਼ਿਫਟ ਹੋ ਗਈ। ਹੁਣ 22 ਦੇ ਵਿੱਚ ਆਣ ਕੇ ਅਸੀਂ ਲੋਕ ਦੱਸਣਗੇ ਕਿ ਅਸੀਂ ਕਿੱਦਾਂ ਦੇ ਹਾਂ ਅਤੇ ਅਸੀਂ ਕੀ ਕਰ ਸਕਦੇ ਹਾਂ। ਦੇਖੋ ਜੀ, ਵੋਟਾਂ ਵੀ ਉਹ ਸੀ, ਲੋਕ ਵੀ ਉਹ ਸੀ, ਪਰ ਜਦੋਂ ਤੁਸੀਂ ਇਲੈਕਸ਼ਨ ਲੜਦੇ ਹੋ ਉਸ ਤੋਂ ਬਾਅਦ 40,000 ਵੋਟ ਪੈਂਦੀ ਹੈ ਅਮਰਜੀਤ ਸਿੰਘ ਨੂੰ, ਪਰ ਜੋ ਤੁਸੀਂ ਮੈਦਾਨ 'ਚ ਆਉਂਦੇ ਹੋ ਤਾਂ ਮਹਿਜ਼ ਕੁਛ ਵੋਟਾਂ 'ਤੇ ਸਿਮਟ ਜਾਂਦੇ ਹੋ, ਕੀ ਕਰਨੇ? ਮੈਂ 1900 ਵੋਟ ਮੈਨੂੰ ਪਈ, ਪਾਰਟੀ ਦੀ ਵੇਵ ਨਹੀਂ ਸੀ ਉਸ ਟਾਈਮ 'ਤੇ, ਕਾਂਗਰਸ ਸਰਕਾਰ ਸੀਗੀ, ਲੋਕਾਂ ਨੇ ਕੰਮ ਕਰਾਉਣੇ ਸੀਗੇ, ਜੇ ਅਸੀਂ ਜਾਂ ਅਕਾਲੀ ਵੀ ਜਿੱਤ ਜਾਂਦੇ ਤਾਂ ਬਹੁਤਾ ਫਰਕ ਨਹੀਂ ਸੀ ਪੈਣਾ। ਅਤੇ ਇਸ ਤੋਂ ਪਹਿਲਾਂ ਇੱਕ ਵਾਰ ਨਾ ਉਦੋਂ ਵੀ ਮੈਨੂੰ ਪੁੱਛਿਆ ਸੀ ਪੱਤਰਕਾਰਾਂ ਨੇ ਕਿ 1900 ਵੋਟ ਤਾਂ ਨੋਟਾਂ ਦੇ ਲਾਗੇ ਪੈ ਗਈ, ਅਤੇ ਮੈਨੂੰ ਉਦੋਂ ਨਹੀਂ ਸੀ ਪਤਾ। ਕੈਪਟਨ ਥੋੜ੍ਹਾ ਜਿਹਾ ਪਹਿਲਾਂ ਨਾ 800 ਵੋਟ 'ਤੇ ਸਿਮਟਿਆ ਸੀ, ਪਤਾ ਨਾ? ਬਿਲਕੁਲ ਜੀ, ਪਤਾ। 800 ਵੋਟ 'ਤੇ ਕੈਪਟਨ ਸਿਮਟਿਆ ਸੀ ਅਤੇ ਮੁੜ ਕੇ ਮੁੱਖ ਮੰਤਰੀ ਬਣਿਆ, ਅਤੇ ਜੇ ਉਹ ਹੋ ਸਕਦਾ ਅਸੀਂ ਉਹਦੇ ਨਾਲ ਦੁੱਗਣੇ 'ਤੇ ਹਾਂ ਇਸ ਟਾਈਮ। 800 8 × 16 ਤਾਂ 3 ਹੋਰ, 2.5 ਗੁਣਾ ਵਾਧੂ ਆ, ਅਤੇ 2.5 ਗੁਣਾ ਜੇ ਉਹ ਮੁੱਖ ਮੰਤਰੀ ਬਣ ਸਕਦਾ, ਸਾਡੀ ਸਰਕਾਰ ਵੀ ਬਣੂਗੀ। ਸਰ, ਕੈਮਰੇ ਅੱਗੇ ਦਾਅਵਾ ਪੱਕਾ, 100% ਦਾਅਵਾ, 2022 ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਬਣੂਗੀ? ਲੋਕ ਬਣਾਉਣਗੇ। ਲੋਕ ਅੱਜ ਕਹਿ ਰਹੇ ਆ ਸਾਨੂੰ ਰੁਕ, ਜਦੋਂ ਹੈ ਨਾ ਕਈ ਵਾਰੀ ਅੱਗੇ ਪਹਿਲਾਂ ਅਸੀਂ ਜਾਂਦੇ ਸੀ ਨਾ, ਅਤੇ ਲੋਕ, ਮੈਂ 1.5 ਸਾਲ ਬਹੁਤ ਸੰਤਾਪ ਝੱਲਿਆ, ਇਹਦੇ ਵਿੱਚ ਕੋਈ ਦੋ ਰਾਏ ਨਹੀਂ,
ਲੋਕਾਂ ਦੇ ਕੋਲ ਜਾਈਦਾ ਸੀ ਅਤੇ ਲੋਕ ਮੂਹਰਿਓਂ ਕਈ ਵਾਰੀ ਹੱਸਣਾ ਲੋਕਾਂ ਨੇ ਵੀ ਆ ਗਏ ਆਮ ਆਦਮੀ ਪਾਰਟੀ ਵਾਲੇ, ਤੀਲਾ ਤੀਲਾ ਹੋ ਗਿਆ ਕੋਈ ਕਹਿੰਦਾ ਸੀ, ਕੋਈ ਕੁਛ ਕਹਿੰਦਾ ਸੀ। ਅੱਜ ਅਸੀਂ ਜਾਂਦੇ ਹਾਂ ਅਤੇ ਮੂਹਰੇ ਰੋਕ ਕੇ, ਪਿੱਛੋਂ ਮੋਟਰਸਾਈਕਲ ਭਜਾ ਕੇ, ਜੇ ਕਿਸੇ ਦੀ ਗੱਡੀ ਕੋਲ ਉਹ ਭਜਾ ਕੇ ਰੋਕ ਕੇ, ਅਤੇ ਜੇ ਮੂਹਰੇ ਚਲੇ ਗਿਆ ਵਾ ਤਾਂ ਅਸੀਂ ਐਂ ਨੂੰ ਜਾਣਾ ਤਾਂ ਰੋਕ ਲੈਂਦੇ ਆ ਕਿ ਆਮ ਆਦਮੀ ਪਾਰਟੀ ਦੀ ਗੱਡੀ ਆ ਰਹੀ ਆ, ਅਤੇ ਸਾਨੂੰ ਬੁਲਾ ਕੇ ਜਾਂਦੇ, ਅਤੇ ਨਾਲ ਇਹ ਵੀ ਕਹਿ ਜਾਂਦੇ ਆ ਜੇ ਤਾਂ ਸਾਡੀ ਤੋਂ ਉਮਰ ਤੋਂ ਵੱਡਾ ਵਾ ਉਹ ਪਿੱਠ ਪਿੱਛੇ ਥਾਪੜਾ ਦਿੰਦਾ ਵਾ, ਅਤੇ ਜੇ ਕੋਈ ਛੋਟਾ ਵਾ ਉਹ ਕਹਿੰਦੇ ਅੰਕਲ ਜੀ ਤਕੜੇ ਹੋ ਜਾਓ ਅਸੀਂ ਨਾਲ ਆ ਤੁਹਾਡੇ, ਮੁੰਡੇ ਜਵਾਨੀ ਜਿਹੜੀ ਉਹ ਸਾਰੀ ਨਾਲ ਆ ਆਮ ਆਦਮੀ ਪਾਰਟੀ ਦੇ। ਇਹਨਾਂ ਦੋਵਾਂ ਰਵਾਇਤੀ ਪਾਰਟੀਆਂ ਤੋਂ ਅੱਕ ਚੁੱਕੀ ਆ, ਬਰਬਾਦ ਕਰਤਾ ਇਹਨਾਂ ਨੇ ਲੋਕ, ਇਹਨਾਂ ਨੇ ਸਾਡੇ ਨਸ਼ੇ, ਕਹਿੰਦਾ ਸੀ ਕੈਪਟਨ ਕਿ ਨਸ਼ੇ ਜਿਹੜੇ ਆ ਉਹ ਮੈਂ ਦੋ ਹਫ਼ਤਿਆਂ 'ਚ ਚੌਂ ਦੇ ਵਿੱਚ ਲੱਕ ਤੋੜ ਦੂੰਗਾ। ਲੱਕ ਕਿੱਥੇ ਟੁੱਟਾ ਵਾ, ਕਿੱਥੇ ਟੁੱਟਾ ਲੱਕ? ਆ ਪਰਸੋਂ ਪਿੱਪਲੀ ਮਰ ਗਿਆ, ਤਰਨ ਤਾਰਨ ਮਰਿਆ, ਇੱਥੇ ਸਾਡੇ ਪਿੰਡ ਦਾ ਦੋਤਾ ਸੀ ਉਹ ਮਰ ਗਿਆ, ਕਿੰਨੇ ਰੋਜ਼ ਮਰਦੇ ਜਿਹੜੇ ਸਾਹਮਣੇ ਅੱਖਾਂ ਦੇ ਆਉਂਦੇ ਆ ਉਹ ਆ ਜਾਂਦੇ, ਜਾਂ ਕੈਮਰੇ ਦੇ ਮੋਰੇ ਆ, ਜਾਂ ਮੀਡੀਆ ਦੇ ਥਰੂ ਸਾਨੂੰ ਪਤਾ ਲੱਗਦਾ, ਜਿਹੜੇ ਨਹੀਂ ਮੀਡੀਆ ਦੇ ਥਰੂ ਸਾਨੂੰ ਪਤਾ ਲੱਗਦਾ ਖਰੇ ਕਿੰਨੇ ਕੁ ਮਰ ਰਹੇ ਆ। ਕੇਜਰੀਵਾਲ ਸਰਕਾਰ 'ਤੇ ਆਮ ਆਦਮੀ ਪਾਰਟੀ 'ਤੇ ਇੱਕ ਇਲਜ਼ਾਮ ਲੱਗਦਾ ਸੀ ਕਿ ਟਿਕਟਾਂ ਦੀ ਜੋ ਵੰਡ ਪੈਸੇ ਲੈ ਕੇ ਕੀਤੀ ਜਾਂਦੀ ਹੈ, ਤੁਸੀਂ ਵੀ ਇੱਕ ਆਕੜ ਕਲਾਂ ਦੇ ਵਿੱਚੋਂ, ਤੁਹਾਨੂੰ ਟਿਕਟ ਜੋ ਮਿਲੀ ਸੀ ਪੈਸੇ ਨਹੀਂ ਮਿਲੇ ਸੀ? ਨਹੀਂ, ਸਾਨੂੰ ਪੈਸਿਆਂ ਦੀ ਟਿਕਟ। ਇਲਜ਼ਾਮ ਲਗਾਏ ਜਾਂਦੇ, ਕਿਉਂ ਲਗਾਏ ਜਾਂਦੇ? ਇਹ ਵਿਰੋਧੀ ਧਿਰਾਂ ਕਰਦੀਆਂ ਹੀ ਹੁੰਦੀਆਂ, ਇਹਨਾਂ ਨੇ ਕਰਨਾ ਹੀ ਆ, ਇੱਦਾਂ ਕਹਿਣਾ ਹੀ ਆ ਇੱਦਾਂ ਲੋਕ ਟੁੱਟਣ ਨਾਲੋਂ। ਇਹ ਤਾਂ ਮੌਕਾ ਦੱਸੂ ਨਾ, ਇਹ ਕਿੰਨੇ ਲੈਂਦੇ ਆ, ਇਹ ਸਾਡੀ ਪਾਰਟੀ 'ਤੇ ਸ਼ਰਾਬ ਵੀ ਨਹੀਂ ਪਿਲਾਉਂਦੀ। ਅਸੀਂ ਮੈਂ ਦਿੱਲੀ ਜਾ ਕੇ ਆਇਆ ਵਾਂ, ਕਿਤੇ ਸ਼ਰਾਬ ਦਾ ਦਾਣਾ ਨਹੀਂ ਮੈਂ ਦੇਖਿਆ, ਤੁਬਕਾ ਨਹੀਂ ਦੇਖਿਆ ਕੋਈ ਸ਼ਰਾਬ ਚੁੱਕ ਕੇ ਮਤਲਬ ਕਹਿੰਦਾ ਹੋਵੇ ਵੀ ਲੈ ਫੜ ਤੂੰ ਪੀ ਲਾ ਜਰਾ। ਅਤੇ ਸਾਡੇ ਇੱਥੇ ਰੈਲੀਆਂ 'ਤੇ ਜਾਂਦੇ ਆ, ਤੁਸੀਂ ਰੈਲੀਆਂ 'ਤੇ ਚੈੱਕ ਕਰ ਲਿਓ ਇਹਨਾਂ ਦੀਆਂ ਬੱਸਾਂ, ਅੰਦਰ ਪੇਟੀਆਂ ਦੀਆਂ ਪੇਟੀਆਂ ਸ਼ਰਾਬ ਦੀਆਂ ਪਈਆਂ ਹੁੰਦੀਆਂ ਵਾ ਰੈਲੀਆਂ 'ਤੇ ਗਿਆਂ ਦੀਆਂ ਵੀ। ਅਤੇ ਸ਼ਰਾਬ ਤੋਂ ਗੱਲ ਸ਼ੁਰੂ ਹੋਈ, ਭਗਵੰਤ ਮਾਨ 'ਤੇ ਬੜੇ ਇਲਜ਼ਾਮ ਲੱਗਦੇ ਨੇ, ਹੁਣ ਵੀ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕਿ ਭਗਵੰਤ ਮਾਨ ਨੇ ਕਿਹਾ ਸੀ ਕਿ ਸਟੇਜ 'ਤੇ ਸ਼ਰਾਬ ਨਹੀਂ ਪੀਂਦਾ, ਫਿਰ ਪੀਣੀ ਸ਼ੁਰੂ ਕਰਤੀ, ਤੁਸੀਂ ਕੀ ਪ੍ਰਤੀਕਰਮ ਦਿਓਗੇ? ਇਹ ਤਾਂ ਵਿਰੋਧੀ ਬੰਦੇ ਇੱਦਾਂ ਕਹਿੰਦੇ ਹੁੰਦੇ ਆ, ਅਤੇ ਮੈਂ ਆਪਣੇ ਸੁਖਬੀਰ ਬਾਦਲ ਨੂੰ ਕਹਿੰਦਾ ਉਹ ਫੀਮ ਕਿੰਨੀ ਖਾਂਦਾ ਵਾ, ਸਾਰਿਆਂ ਨੂੰ ਪਤਾ, ਤੁਹਾਨੂੰ ਵੀ ਪਤਾ ਖਾਂਦਾ ਹੈ ਨਾ, ਅਤੇ ਉੱਥੇ ਤਾਂ ਕੋਈ ਇਲਜ਼ਾਮ ਨਹੀਂ ਲਾਉਂਦਾ। ਮਾੜੇ ਦੀ ਜਨਾਨੀ ਹਰ ਇੱਕ ਦੀ ਭਾਬੀ, ਤਕੜੇ ਦੀ ਜਨਾਨੀ ਹਰ ਇੱਕ ਦੀ ਭੈਣ, ਇਹ ਸਾਡੇ ਅਸੀਂ ਸਾਡੀ ਪਾਰਟੀ ਦਾ ਮਤਲਬ ਕਿ ਜੇ ਇਲਜ਼ਾਮਾਂ ਤੱਕ ਸੀਮਿਤ ਹੈ, ਹਕੀਕਤ ਵਿੱਚ ਕੁਛ ਹੋਰ ਹੈ, ਹਕੀਕਤ ਵਿੱਚ ਕੁਛ ਹੋਰ ਆ, ਕੰਮ ਕਰਦਾ ਨਾ। ਇਹਨੂੰ ਕਹਿ ਦਿਓ ਹੋਰ ਕੋਈ ਪਾਰਟੀ ਦਾ ਬੰਦਾ, ਮੈਂ ਅੱਗੇ ਵੀ ਕਹਿ ਹਟਿਆ ਵਿੱਚੇ ਕਿ 14-14 ਘੰਟੇ ਕੋਈ ਰੈਲੀ ਕਰਕੇ ਦਿਖਾ ਦੇਵੇ ਮਾਈਦਾ ਲਾਲ, ਅਤੇ ਉੱਧਰ ਭਗਵੰਤ ਮਾਨ ਖੜ੍ਹਾ ਇਕੱਲਾ ਯੋਧਾ, ਅਤੇ ਉਹ 14-14 ਘੰਟੇ ਉਹ ਬੋਲ ਕੇ ਸਟੇਜਾਂ 'ਤੇ ਲੋਕਾਂ ਦੇ ਸਾਹਮਣੇ ਲੋਕਾਂ ਦੀ ਤਸੱਲੀ ਕਰਕੇ ਲੋਕਾਂ ਨੂੰ ਖੁਸ਼ ਕਰਕੇ ਆਪਣੇ ਗਲਵੱਕੜੀ 'ਚ ਲੈ ਕੇ ਫੇ ਜਾਂਦਾ ਵਾ। ਇਹ ਨਹੀਂ ਕੋਈ ਕਹਿੰਦਾ ਵੀ ਭਗਵੰਤ ਮਾਨ ਆਇਆ ਐਵੇਂ ਕਰ ਗਿਆ ਵਾ, ਭਗਵੰਤ ਮਾਨ ਆਇਆ ਉਹ ਕਹਿੰਦੇ ਮੁੱਲ ਮੋੜਤਾ ਅੱਜ ਸਾਡੀ ਦਿਹਾੜੀ ਛੱਡੀ ਦਾ ਵੀ। ਕਿਉਂਕਿ ਪੰਜਾਬ ਦੇ ਵਿੱਚ ਜੋ ਨਜਾਇਜ਼ ਮਾਈਨਿੰਗ ਦਾ ਕੰਮ ਇਸ ਟਾਈਮ ਜ਼ੋਰਾਂ 'ਤੇ, ਦਰਿਆ ਸਤਲੁਜ ਦੇ ਵਿੱਚ ਨਜਾਇਜ਼ ਮਾਈਨਿੰਗ ਦਾ ਕੰਮ ਚੱਲ ਰਿਹਾ, ਜੇਕਰ ਆਉਣ ਵਾਲੇ ਟਾਈਮ 'ਚ ਨਾ ਰੋਕਿਆ ਗਿਆ ਤਾਂ ਜੋ ਜਿਸ ਐਰੇ 'ਚ ਬੈਠੇ ਹਾਂ ਜੋ ਲਾਗਲੇ ਪਿੰਡ ਪਾਣੀ 'ਚ ਰੁੜ ਜਾਣਗੇ, ਤੁਸੀਂ ਨਜਾਇਜ਼ ਮਾਈਨਿੰਗ ਦੇ ਖਿਲਾਫ ਕੀ ਕਰ ਰਹੇ ਹੋ? ਅਸੀਂ ਨਾ ਹਫ਼ਤਾ ਕੁ ਪਹਿਲਾਂ ਮਹਿਤਪੁਰ ਦੇ ਨਾਲ ਆ ਮੱਦੇਪੁਰ, ਉੱਥੇ ਮਾਈਨਿੰਗ ਚੱਲਦੀ ਆ ਬੰਨ ਦੇ ਬਿਲਕੁਲ ਨਾਲ। ਜਦੋਂ ਬੰਨ ਦੇ ਬਿਲਕੁਲ ਨਾਲ ਮਿੱਟੀ ਰੇਤਾ ਚੁੱਕ ਹੋਊਗੀ ਅਤੇ ਜ਼ਾਹਰ ਆ ਕਿ ਅਗਲਾ ਹੜ੍ਹ ਆਊਗਾ ਅਤੇ ਉਹ ਬੰਨ ਟੁੱਟਾ ਪਿਆ ਲਓ। ਅਤੇ ਅਸੀਂ ਉੱਥੇ ਤਕਰੀਬਨ 400-500 ਬੰਦਾ ਸੀਗਾ, ਕੋਈ ਨਹੀਂ ਸਾਡੀ ਮੰਨੀ, ਸਰਕਾਰ ਨੇ ਵੀ ਕੋਈ ਪ੍ਰਸ਼ਾਸਨ ਨਹੀਂ ਮੰਨੀ, ਡੀ ਸੀ ਨੂੰ ਵੀ ਮੰਗ ਪੱਤਰ ਦਿੱਤੇ ਆ, ਉਹ ਇਲਾਕਾ ਲੁਧਿਆਣੇ ਵਿੱਚ ਪੈਂਦਾ, ਅਤੇ ਉੱਥੇ ਸਰਵਜੀਤ ਮਾਣੂਕੇ ਵੀ ਆਏ ਸੀ, ਉਹਨਾਂ ਨੇ ਵੀ ਬਹੁਤ ਕੁਛ ਕਿਹਾ ਵਾ, ਪਰ ਉੱਥੇ ਰੁੱਖ ਨਹੀਂ ਰਿਹਾ। ਅਜੇ ਕੱਲ੍ਹ ਮੈਨੂੰ ਪਤਾ ਲੱਗਾ ਵੀ ਕੁਛ ਮਸ਼ੀਨਾਂ ਘਟੀਆਂ ਵਾਂ, ਪਰ ਰੁੱਖ ਕੁਛ ਨਹੀਂ ਰਿਹਾ, ਧੱਕੇਸ਼ਾਹੀ ਉਸੇ ਤਰ੍ਹਾਂ ਚੱਲਦੀ ਆ। ਅਤੇ ਈਵਨ ਸਾਡੇ ਇੱਥੇ ਪੌਲਿਆ ਨਵਾਂ ਪਿੰਡ ਵਾਲਾ,
ਉੱਥੇ ਮਤਲਬ ਸਹੀ ਕੰਮ ਨਹੀਂ ਹੋ ਰਿਹਾ। ਵੈਸੇ ਹੁਣ ਠੇਕੇਦਾਰ ਕਹਿੰਦਾ ਵਾ ਮੈਂ ਅੱਗੇ ਵਾਸਤੇ ਹੁਣ ਸਹੀ ਕਰੂੰਗਾ, ਜੋ ਪਿੱਛੇ ਹੋ ਗਿਆ ਵਾ ਉਹ ਹੋ ਗਿਆ, ਹੁਣ ਮੈਂ ਠੀਕ ਕਰੂੰ ਇਹ, ਪਰ ਨਹੀਂ ਤਾਂ ਕੋਈ ਸੁਣਵਾਈ ਨਹੀਂ ਗੀ, ਕੋਈ ਉਹ ਨਹੀਂ। ਇੱਥੇ ਇੱਕ ਥੋੜ੍ਹੀ, ਇੱਥੇ ਬਹੁਤ ਚੱਲ ਰਿਹਾ ਮਾਈਨਿੰਗ ਦੇ ਖੱਡਾਂ ਜਿਹੜੀਆਂ ਨਜਾਇਜ਼ ਚੱਲਦੀਆਂ। ਨੁਕਸਾਨ ਕਿੰਨਾ ਹੋਊਗਾ ਜੇਕਰ ਜ਼ਿਆਦਾ ਮਾਈਨਿੰਗ ਹੁੰਦੀ ਰੁਕਦੀ ਨਹੀਂ ਤਾਂ ਨੁਕਸਾਨ ਕਿੰਨਾ ਹੋਊਗਾ? ਨੁਕਸਾਨ ਤਾਂ ਕਰੋੜਾਂ ਵਿੱਚ ਆ, ਕਰੋੜਾਂ ਵਿੱਚ ਨੁਕਸਾਨ ਆ। ਜੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਾਵੇ ਤੇ ਜਿੰਨੀ ਮਾਈਨਿੰਗ ਹੋਊਗੀ ਉਹ ਪੈਸੇ ਜਿਹੜੇ ਇਲਾਕੇ ਵਿੱਚ ਲੱਗਣਗੇ ਉਹ ਮੰਤਰੀਆਂ ਦੀਆਂ ਜੇਬਾਂ 'ਚ ਨਹੀਂ ਪੈਣਗੇ, ਇੱਥੇ ਮੰਤਰੀਆਂ ਦੀਆਂ ਜੇਬਾਂ 'ਚ ਪੈ ਰਹੇ ਆ। ਮੇਰਾ ਜੀ ਲਾਸਟ ਸਵਾਲ ਹੈ, ਜੋ ਆਮ ਆਦਮੀ ਪਾਰਟੀ ਜੋ ਵਿਧਾਇਕ ਹੈ ਉਹਨਾਂ ਦੇ ਕੋਈ 5 ਅਜਿਹੇ ਕੰਮ ਕਰਵਾਓ ਜੋ ਕੰਮਾਂ ਦੇ ਨਾਲ ਆਮ ਲੋਕਾਂ ਨੂੰ ਫਾਇਦਾ ਹੋਵੇ। ਰੇਤਾ ਤਾਂ ਵੇਖੋ ਬੰਨ ਪਾ ਰਹੇ ਹਾਂ ਅਸੀਂ, ਉਹ ਨਹੀਂ ਮੰਨਦੇ ਤਾਂ ਉਹ ਵੱਖਰੀ ਚੀਜ਼ ਆ, ਹੈ ਨਾ। ਹਾਂਜੀ। ਅਤੇ ਸਕੂਲਾਂ 'ਤੇ ਕਿੰਨਾ ਕੰਮ ਕੀਤਾ, ਬਿਜਲੀ 'ਤੇ ਅਸੀਂ ਕਿੰਨਾ ਕੰਮ ਕੀਤਾ, ਲੋਕਾਂ ਦੇ ਬਿਜਲੀ ਦੇ ਬਿੱਲ ਜਿਹੜੇ ਅਸੀਂ ਜਦੋਂ ਜਾਂਦੇ ਸੀ ਨਾ ਅਸੀਂ ਬਿੱਲ ਇਕੱਠੇ ਲੈ ਕੇ ਜਾਂਦੇ ਸੀ, ਅਤੇ SDO ਨੂੰ ਅਤੇ JEE ਵਗੈਰਾ ਨੂੰ ਉਹ ਘੱਟ ਕਰਨੇ ਪੈਂਦੇ ਸੀ, ਘੱਟ ਕਰਨੇ ਪੈਂਦੇ। ਸਕੂਲਾਂ 'ਚ ਜਾਂਦੇ, ਹਸਪਤਾਲਾਂ ਵਿੱਚ ਜਾਣ ਦੇ ਨਾਲ ਕਿੰਨਾ ਫਰਕ ਪਿਆ ਵਾ। ਅਤੇ ਹੁਣ ਦੇਖੋ ਆਹ ਅਗਲਾ ਕੰਮ ਜਿਹੜਾ ਤੁਸੀਂ ਕਹਿੰਦੇ ਆ, ਬੀਬੀਆਂ ਨੂੰ ਔਰਤਾਂ ਨੂੰ ਅੱਧਾ ਦਿੱਤਾ ਕਿਰਾਇਆ, ਅੱਧਾ ਕੀਤਾ ਇਹਨਾਂ ਨੇ, ਅਤੇ ਉੱਥੋਂ ਦਾ ਦੇਖ ਕੇ ਹੀ ਇਹਨਾਂ ਨੇ ਕੀਤਾ, ਅੱਗੇ ਇੰਨੇ ਚਿਰ ਦੇ ਨਾ ਕਰ। ਚਲੋ ਫਾਇਦਾ ਤਾਂ ਇੱਕ ਤੋਂ ਹੋਇਆ, ਫਾਇਦਾ ਤਾਂ ਮੰਨਦੇ ਨਾ, ਫਾਇਦਾ ਉਹਦੇ ਵਿੱਚ ਕਾਫੀ ਨਹੀਂ ਨਾ, ਉਹਦੇ ਵਿੱਚ ਕਾਫੀ ਨਹੀਂ, ਹੋਰ ਚੋਰ ਬਜ਼ਾਰੀ ਬਹੁਤ ਹੋ, ਸ਼ੁਰੂਆਤ ਹੋ ਚੁੱਕੀ, ਹੋਰ ਫਾਇਦਾ ਹੋ ਗਈ, ਚੋਰ ਬਜ਼ਾਰੀ ਬਹੁਤ ਆ, ਚੋਰ ਬਜ਼ਾਰੀ ਜ਼ਿਆਦਾ ਹੋ ਰਹੀ, ਤਹਿਸੀਲਾਂ 'ਚ ਹੋ ਰਹੀ, ਥਾਣਿਆਂ 'ਚ ਹੋ ਰਹੀ ਆ, ਕਿੱਥੇ ਨਹੀਂ ਹੋ ਰਹੀ, ਹਰ ਜਗ੍ਹਾ 'ਤੇ ਚੋਰ ਬਜ਼ਾਰੀ ਹੋ ਰਹੀ ਆ, ਕੰਮ ਨਹੀਂ ਹੋ ਰਿਹਾ, ਲੋਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ 5-5 ਦਿਨ ਇੱਕੋ ਕੰਮ ਨੂੰ। ਜਿਹੜਾ ਦਿੱਲੀ ਦੇ ਵਿੱਚ ਦੇਖੋ 100 ਕੰਮ ਇੱਦਾਂ ਦਾ ਵਾ, ਜਿਹੜਾ ਤੁਸੀਂ ਘਰ ਆ ਜਾਓ, ਤੁਸੀਂ ਕਹੋ 8 ਵਜੇ ਤੁਸੀਂ ਘਰ ਆ ਨਾ, ਅਤੇ ਉਹ 8 ਵਜੇ ਹੋਣਗੇ, 12 ਵਜੇ ਤੁਸੀਂ ਕਹੋ ਰਾਤ ਨੂੰ 12 ਵਜੇ ਆਉਣਗੇ। ਪਾਰਟੀ ਦੇ ਲਈ ਭਗਵੰਤ ਮਾਨ ਹੀ ਪੰਜਾਬ ਆ ਸਕਦੇ? ਭਗਵੰਤ ਮਾਨ ਤਾਂ ਹੈ ਹੀ ਪੰਜਾਬ 'ਚ ਆ, ਲੋਕਲ ਕਿੱਦਾਂ ਕਿ ਆਪਣੇ ਜ਼ਿਲ੍ਹਾ ਜਲੰਧਰ ਹੋ ਗਏ, ਪਿੰਡਾਂ ਦੇ ਵਿੱਚ ਕਿੱਦਾਂ ਕਿ ਪਿਛਲੀ ਵਾਰ ਉਹਨਾਂ ਨੇ ਚੋਣ ਪ੍ਰਚਾਰ ਕੀਤਾ, ਉੱਦਾਂ ਦੀ ਸਥਿਤੀ ਦੁਬਾਰਾ ਆਊਗੀ? ਨਹੀਂ, ਪਿਛਲੀ ਵਾਰ ਉਹਨਾਂ ਨੇ ਪੂਰਾ ਚੋਣ ਪ੍ਰਚਾਰ ਕੀਤਾ ਕੀਤਾ ਜੋ ਹੁਣ ਦਾ ਟਾਈਮ ਚੱਲ ਰਿਹਾ ਤੇਰੇ 2 ਸਾਲ ਨਹੀਂ, ਹੁਣ ਤਾਂ ਬਿਲਕੁਲ ਉਹਨਾਂ ਨੇ ਮੂਹਰੇ ਆਉਣਾ ਹੀ ਆਉਣਾ ਵਾ, ਉਹਨਾਂ ਤੋਂ ਬਿਨਾਂ ਤਾਂ ਪੰਜਾਬ ਹੈ ਹੀ ਕਿਸੇ ਜੋਗਾ ਨਹੀਂ, ਪਾਰਟੀ ਕਿਸੇ ਜੋਗੀ ਨਹੀਂ, ਉਹਨਾਂ ਤੋਂ ਬਿਨਾਂ ਬਹੁਤ ਵਧੀਆ ਬੰਦੇ ਆ, ਉਹਨਾਂ ਦੇ ਸਿਰ 'ਤੇ ਪਾਰਟੀ ਪ੍ਰਧਾਨ, ਪਾਰਟੀ ਦੇ ਪ੍ਰਧਾਨ ਆ ਉਹ, ਉਹਨਾਂ ਨੇ ਤਾਂ ਆਉਣਾ ਹੀ ਆਉਣਾ ਵਾ, ਉਹਨਾਂ ਨੇ ਸਾਨੂੰ ਦੱਸਣਾ ਹੀ ਦੱਸਣਾ ਇੱਦਾਂ ਕਰਨਾ। ਬਹੁਤ ਬਹੁਤ ਧੰਨਵਾਦ ਜੀ ਆਪਣਾ ਕੀਮਤੀ ਸਮਾਂ ਦੇਣ ਦੇ ਲਈ, ਸ਼ੁਕਰੀਆ ਸਰ। ਥੈਂਕ ਯੂ ਜੀ। ਇਹ ਤਾਂ ਸੀ ਰਤਨ ਸਿੰਘ ਕਾਕੜ ਕਲਾ, ਜਿਹਨਾਂ ਨੇ ਆਪਣੀ ਪਾਰਟੀ ਬਾਰੇ ਔਰ ਉਹਨਾਂ ਦੀ ਕੀ ਰਣਨੀਤੀ ਪੰਜਾਬ ਦੇ ਵਿੱਚ ਚੱਲ ਰਹੀ ਵੱਖ ਵੱਖ ਮੁੱਦਿਆਂ 'ਤੇ ਗੱਲਬਾਤ ਕੀਤੀ। ਕੈਮਰਾ ਪਰਸਨ ਦਵਿੰਦਰ ਸਹਿਮ ਦੇ ਨਾਲ ਹਰਦੀਪ ਸਿੰਘ ਨਕੋਦਰ, ਨਿਊਜ਼ ਰਿਪੋਰਟ ਪਿੰਡ।